ਖਾਸ ਲੁਧਿਆਣੇ ਇਧਰ ਉਧਰ ਇਧਰ ਨੂੰ ਪਹਿਲਾਂ ਬਾਈਪਾਸ ਜਾ ਕੇ ਪਿੰਡ ਦਾ ਨਾਂ ਠੀਕ ਆ ਕਿਹਦਾ ਪਿੰਡ ਆ ਸਾਨੇ ਵਾਲੇ ਲੈ ਸਨੀ ਨੂੰ ਪੁੱਛਣਾ ਵੀ ਗੁਰਦਾਸਪੁਰ ਚਾ ਕੇ ਕੀ ਕੀਤਾ ਹੈ ਤੂੰ ਹਾਂ ਧਰਮਿੰਦਰ ਦਾ ਸਹੀ ਗੱਲ ਆ ਕਿਉਂਕਿ ਸਨੀ ਦਿਓਲ ਦਾ ਵਿਚਾਰਾ ਆਇਆ ਨਹੀਂ ਹੁਣ ਮੈਂ ਕਹਿੰਦਾ ਇੱਥੇ ਨੂੰ ਆਇਆ ਆਏ ਜੀ ਬੜਾ ਗੱਲ ਇਹਨੂੰ ਠੰਡ ਜੀ ਬੜੀ ਮੰਨਦਾ ਐਕਸ਼ਨ ਕਰਕੇ ਦਿਖਾਓ ਕਹਿੰਦੇ ਜਿਵੇਂ ਕਰਦੇ ਸੀ ਪਹਿਲਾਂ ਅਰੇ ਸਵਾਰੀ ਤਾਂ ਆ ਗਈ ਆਪਣੀ ਦੇਖ ਲੈ ਮੂਹਰੇ ਲੱਗਿਆ ਐਕਸਪੋ ਦੀ ਵਿਜ਼ਿਟ ਪਹਿਲੀ ਵਾਰ ਕੀ ਤਾਂ ਆਪਾਂ ਕਿੱਥੇ ਬੈਠਾਂਗੇ ਕਿੱਥੇ ਗੋਪੀਆਂ ਇਹ ਆ ਗਏ ਜੀ ਆਪਾਂ ਲੁਧਿਆਣੇ ਸਾਹਨੇ ਵਾਲਾ ਪਹੁੰਚ ਗਏ ਜੀ ਪਹੁੰਚ ਗਏ ਮੀਂਹ ਬਹੁਤ ਦੱਸਿਆ ਕਹਿੰਦੇ ਮੀਂਹ ਦੱਸਿਆ ਜੀ ਪ੍ਰਬੰਧ ਤਾਂ ਤਕੜਾ ਗਾ ਮੇਲਾ ਹੈਗਾ ਆਪਣਾ ਐਗਰੀਕਲਚਰ ਅਤੇ ਤਿਆਰੀ ਤਾਂ ਵਾਹਵਾ ਲੱਗਦੀ ਆ ਅਤੇ ਜੇ ਮੀਂਹ ਬਾਹਲਾ ਪੈ ਗਿਆ ਫਿਰ ਕੰਮ ਖਰਾਬ ਮੀਂਹ ਪੈ ਗਿਆ ਤਾਂ ਫਿਰ ਬਸ ਹੀ ਬਹਿ ਜਾਵਾਂਗੇ ਬਸ ਚੱਲ ਪੈਣਾ ਮੂੰਗਫਲੀ ਲੈ ਲਾਂਗੇ ਕਿਲੋ ਆ ਜਾਓ ਪ੍ਰਧਾਨ ਜੀ ਪਸਾਦਾ ਛਕ ਲਓ ਆ ਜਾਓ ਹਾਜ਼ਰੀ ਲਵਾਓ ਆਪਦੀ ਆਪਦੀ ਕਿਹੜੇ ਕਿਹੜੇ ਆਏ ਨੇ ਕਿਹੜੇ ਕਿਹੜੇ ਪਿੰਡੋਂ ਆਏ ਨੇ ਸਾਡੇ ਮੁਲਾਜ਼ਮ ਸਾਹਿਬ ਵੀ ਆਏ ਨੇ ਨਾਲ ਜੀ ਹਰਪਾਲ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਬਹੁਤ ਵਧੀਆ ਖੜਦੇ ਹੈ ਨੀ ਕਿਤੇ ਤੁਰੇ ਜਾਂਦੇ ਹੈਲੋ 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 ਦੇਖੋ ਮਗਲੀ ਟਾਕੀ ਖਰਾਬ ਹੋ ਗਈ ਨਾ ਮਗਲੀ ਟਾਕੀ ਖਰਾਬ ਹੋ ਗਈ ਹੋਰ ਖਰਾਬ ਹੋ ਗਈ ਨਾ ਮਗਲੀ ਖਰਾਬ ਹੋ ਗਈ ਮਗਲੀ ਟਾਕੀ ਮੈਂ ਸਰਵੇ ਨੂੰ ਵੀ ਡੀਕੂੰਗਾ ਇੱਥੇ ਬਹਿ ਕੇ ਆ ਜਾਓ ਭਰਾਵੋ ਆ ਜਾਓ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਤੇ ਆਪਾਂ ਪਹੁੰਚ ਚੁੱਕੇ ਹਾਂ ਜੀ ਲੁਧਿਆਣਾ ਜਾਣੀ ਕਿ ਸਾਹਨੇ ਵਾਲ ਲੁਧਿਆਣਾ ਡਿਸਟ੍ਰਿਕਟ ਦੇ ਵਿੱਚ ਅਤੇ ਆਪਣੇ ਸੰਗੀ ਸਾਥੀ ਆਪਣੇ ਨਾਲ ਹੀ ਨੇ ਸਾਰੇ ਉਹ ਆਉਂਦੇ ਨੇ ਅਤੇ ਦੇਖ ਰਹੇ ਨੇ ਮੇਲਾ ਜਾਣੀ ਕਿ ਐਗਜੀਬਿਸ਼ਨ ਦੇਖ ਰਹੇ ਨੇ ਇਹ ਨਵੀਆਂ ਨਵੀਆਂ ਮਸ਼ੀਨਰੀ ਨਵੀਆਂ ਤਕਨੀਕਾਂ ਹਾਂ ਕੌਣ ਆ ਮੇਰੇ ਨਾਲ ਜੀ ਨੋਨੂ ਤੇਰੇ ਡਿੱਗਿਆ ਪਿਆ ਲਓ ਜੀ ਐਂਟਰੀ ਹੋ ਚੁੱਕੀ ਆ ਆਪਣੀ ਅਤੇ ਪਰ ਆਪਣੇ ਨਾਲ ਥੋੜ੍ਹਾ ਜਿਹਾ ਮਾੜਾ ਹੋ ਗਿਆ ਜੀ ਉਤਲਾ ਕਾਗਜ਼ ਜਿਹਾ ਟੁੱਟ ਗਿਆ ਤਾਂ ਜਿੱਥੇ ਉਹ ਪੈਨ ਜਿਹਾ ਪਾਉਣਾ ਸੀ ਜਾਣੀ ਗੱਲ 'ਚ ਨਹੀਂ ਪੈ ਸਕਦਾ ਹੁਣ ਇਹ ਹੱਥ 'ਚ ਰੱਖਣਾ ਪੈਣਾ ਆਪਾਂ ਨੂੰ ਵਾਹ ਜੀ ਵਾਹ ਵੱਡੇ ਵੱਡੇ ਸੈੱਡ ਹੀ ਸਾਰੇ ਵਿਆਹ ਕਰਤੀ ਕਮਾ ਲਿਆ ਤਾਂ ਪਹਿਲੇ ਕਾਊਂਟਰ 'ਤੇ ਕਹਿੰਦੇ ਵੱਡੇ ਹੀ ਜਹਾਜ਼ ਹੀ ਆ ਗਏ ਜਾਣਕਾਰੀ ਲੈਣ ਲੱਗ ਗਿਆ ਆਲਰੇਡੀ ਦਾ ਲੱਗੂਗਾ ਹਾਂ 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 ਵੱਡਾ ਆਏ ਕਮਿੰਦਰਾ
ਤੇਜ ਵਾਲਾ ਤੁਰਦਾ ਫਿਰ ਜਹਾਜ਼ ਨੂੰ ਉੱਡਦਾ ਯਾਰ ਤੇਜ਼ ਵੀ ਉੱਡਦਾ ਸਰ ਇਸ ਨਾਲ ਤੁਹਾਡੀ ਜਿਹੜੀ ਹੈਗੀ ਕਿਮ ਆਪਣੀ ਜਿਹੜੀ ਦਵਾਈਆਂ ਕਹਿੰਦੇ ਆ ਪਾਉਣ ਹਨਾ ਉਹ ਵੀ ਘੱਟ ਪੈਂਦੀ ਹੈ ਕਿੰਨਾ ਪਾਣੀ ਚੱਕ ਲੈਂਦਾ ਹੈ ਜਿਹਨੇ ਤੁਸੀਂ 80 ਲੀਟਰ ਦੇ ਵਿੱਚ ਪਾਉਂਦੇ ਹੋ ਮੈਂ ਕਹਾਂ 20 ਟੈਂਕੀਆਂ ਲਗਾ ਲਓ ਰਾਈਟ 20 ਟੈਂਕੀਆਂ ਦੇ ਵਿੱਚ ਤੁਸੀਂ 1 ਲੀਟਰ ਪਾਉਂਦੇ ਹੋ ਇਸ ਵਿੱਚ 8 ਵਾਰ ਸਾਹ ਪੈ ਜਾਂਦਾ ਹੈ 10 ਲੀਟਰ ਦਾ ਬਾਕੀ ਸਰ ਡਿਪੈਂਡ ਕਰਦਾ ਤੁਸੀਂ ਕਿਹੜੀ ਕਰੋਪ ਤੇ ਕਰ ਰਹੇ ਹੋ ਹੁਣ ਜਿਵੇਂ ਕਲਰ ਚੱਲ ਰਹੀ ਹੈ ਹਾਂਜੀ ਸਰ ਆ ਟੋਟਲ ਸਰ ਬੈਟਰੀ ਹੈ ਬੈਟਰੀ ਬੈਕਅਪ ਸਰ ਬੈਟਰੀ ਬੈਕਅਪ ਇਸ ਦਾ 15 ਮਿੰਟ ਹੈ ਦੋ ਇੱਕਟ ਦਾ ਕਰ 15 ਮਿੰਟ ਦੋ ਇੱਕਟ ਦੇ ਵਿੱਚ ਕਰਦੇ ਹਾਂ ਇੱਕ ਟੈਂਕ ਸਰ 10 ਇੱਕ 10 ਲੀਟਰ ਦਾ ਟੈਂਕ ਇੱਕ ਇੱਕਟ ਬੈਟਰੀ ਦੀ ਕੱਢੂ ਕਿੰਨਾ ਟਾਈਮ ਹੋ ਜਾਏ ਜੇ ਖਾਲੀ ਉਡਾਓਗੇ ਸਰ ਖਾਲੀ ਜ਼ਿਆਦਾ ਵੀ ਕੱਢ ਸਕਦੀ ਹੈ ਜੇ ਖਾਲੀ ਨਹੀਂ ਸਪਰੇ 15 ਮਿੰਟ ਕਰਨਾ ਆਪਣੀ ਸਰ 15 ਮਿੰਟ ਹੀ ਕਰਨਾ 15 ਮਿੰਟ ਹਾਂਜੀ 15 ਮਿੰਟ ਦਾ ਚਾਰਜ ਕਰ ਲਿਓ 15 ਮਿੰਟ ਸਰ ਤੁਸੀਂ 2 ਇੱਕੜ ਕਰ ਲੈਂਦੇ ਹੋ 2 ਕਿੱਲੇ ਕਰ ਦਿੰਦੇ ਆ 2 ਕਿੱਲੇ ਕਰਨ ਨੂੰ ਕਿੰਨਾ ਟਾਈਮ ਲੱਗੂਗਾ ਤੁਹਾਨੂੰ ਕਿੰਨੇ ਬੰਦੇ ਵੀ ਲਾਓਗੇ ਤੁਸੀਂ 15 ਮਿੰਟ ਹੀ ਚੱਲੂ 2 ਕਿੱਲੇ ਜਿਹੜਾ ਰੇ ਵਾਲਾ ਚਾਰਜ ਉਹਨੂੰ ਕੋਈ ਟਾਈਮ ਨਹੀਂ ਲੱਗਦਾ 40 ਮਿੰਟ ਲੱਗਦੇ ਆ ਚਾਰਜ ਉਹਨੂੰ 40 ਮਿੰਟ ਦੇ ਕਰਨ ਜੇ 15 ਕੀ ਕੀ ਲੱਗ ਕਰਦੇ ਆ ਇਹ ਤਾਂ ਬਾਰ ਬਾਰ ਚਾਰਜ ਲਾਉਣਾ ਪੈ ਕਰੂ ਤੁਸੀਂ ਬੈਟਰੀ ਚਾਰਜ ਕਿੰਨੇ ਟਾਈਮ ਦਿੰਦੇ 40 ਮਿੰਟ ਦੇ ਕੱਢਣਾ 40 ਮਿੰਟ ਦੇ ਵਿੱਚ ਚਾਰਜ ਹੁੰਦੀ ਆ ਕਿੰਨਾ ਕੀ ਪ੍ਰਾਈਸ ਹੈ ਵੈਸੇ ਤਾਂ ਕਹਿੰਦਾ ਹਰ ਸਾਇੰਟਿਸਟ ਕਿ 150 ਤੋਂ 200 ਲੀਟਰ ਪਾਣੀ ਲਾਓ ਪਰ ਏਕੜ ਤੁਸੀਂ ਕਹਿੰਦੇ ਹੋ 10 ਲੀਟਰ ਪਰ ਏਕੜ ਕਰਦੇ ਆ ਕਿਵੇਂ ਕਰਦੇ ਆ ਸਰ ਐਕਚੁਅਲੀ ਉਸਦੇ ਵਿੱਚ ਕੀ ਹੈ ਇਹ ਈਵਨਲੀ ਸਪਰੇ ਕਰਦਾ ਉੱਪਰੋਂ ਹਾਈ ਟੂ ਸਪਰੇ ਕਰਦਾ ਇਸ ਕਰਕੇ ਜ਼ਿਆਦਾ ਏਰੀਆ ਜਲਦੀ ਕਵਰ ਹੋ ਜਾਂਦਾ ਇਸ ਕਰਕੇ 10 ਲੀਟਰ ਦੇ ਵਿੱਚ ਦਵਾਈ ਵੀ ਘੱਟ ਲੱਗੀ ਸਰ ਉਸਦਾ ਜੇ ਤੁਸੀਂ ਕਹਿੰਦੇ ਹੋ ਕਿ ਤੁਸੀਂ 80 ਲੀਟਰ ਦੇ ਵਿੱਚ 1 ਲੀਟਰ ਪਾਉਂਦੇ ਹੋ ਤਾਂ ਇਹ 10 ਲੀਟਰ ਦੇ ਵਿੱਚ 8.5 ਸਾਲ ਲੱਗੇਗਾ ਉਹਦਾ ਉਹੀ ਸਵਾ 125 ਹੈ ਨਹੀਂ ਜੈਸੇ ਪਰ ਐਮ ਐਲ ਪਰ ਲੀਟਰ ਦੀ ਡੋਜ਼ ਹੋ ਕੰਮ ਲਵਾਂਗੇ ਫਿਰ ਹੀ ਹੈ ਜੀ ਕੰਮ ਹੀ ਨਹੀਂ ਲਵਾਂਗੇ 500 ਰੁਪਇਆ ਰਹੂਗਾ 20 ਸਾਲ ਇਹ ਕੀ ਲੱਭੀ ਜਾਂਦਾ ਵਿੱਚੋਂ ਚਿੱਠੀ ਪਾਉਣੀ ਆ ਟੂਲ ਹੈ ਤਾਂ ਰੱਖਣ ਵਾਲਾ ਹੈਗਾ ਬਹੁਤ ਵਧੀਆ 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 ਹਾਂ ਹਾਂ
ਕੰਮ ਕਰ ਰਿਹਾ ਲਾਸਟ ਟਾਈਮ ਦਾ ਬਾਗ ਦੇ ਵਿੱਚ ਵਾਧੂ ਨੇ ਬਾਗ ਵਾਲੀਆਂ ਬਾਗ ਚ ਵੀ ਖਾਂਦੇ ਕਹਿੰਦਾ ਫੜਿਆ ਗਿਆ ਬੰਦਾ ਕਹਿੰਦਾ ਖਾਂਦਾ ਨੀ ਨੋਨੇ ਨੂੰ ਸ਼ਾਂਤ ਕਰਦੇ ਬਾਈ ਯਾਰ ਬਾਹਲਾ ਗਰਮ ਬਾਹਲਾ ਰਹਿੰਦਾ ਨੋਨੇ ਬਸ ਕਰ ਬੈਂਕ ਪੈ ਜੀ ਢੂਹੀ ਚ ਦੇਖ ਲੈ ਸਵਾਦ ਲੈਣ ਲੱਗ ਗਏ ਦੱਸ ਦੇਖੀ ਆਪ ਹੁਣ ਆਹ ਕੁਰਸੀ ਤੇ ਬੈਠ ਕੇ ਲੈ ਰਹੇ ਨੇ ਇਹਦੇ ਨਾਲ ਢੂਹੀ ਨੂੰ ਸੇਕ ਜਿਹਾ ਮਿਲਦਾ ਉਹ ਜਿਹੜੀ ਮਸਾਜ ਕਰਦੀ ਢੂਹੀ ਦੀ
सेट आएगा 500 रुपये में दो पीस का सेट आएगा सर आपको। कौन सी भी गड्डी ट्रैक्टर बाइक टू व्हीलर फोर व्हीलर सब में काम करेगा, छोटे से छोटा बड़े से बड़ा सब में काम करेगा। 500 रुपये का सेट आएगा सर, टू व्हीलर हो फोर व्हीलर हो ट्रैक्टर हो बाइक हो गड्डी हो प्लम्बिंग करना हो। डेढ़ दिया ठीक है, क्या बात है जी, वेरी गुड। ये कितने की मशीन जी? 6000 की। 6000 ठीक है। सीड पर्पस के लिए जनरली यूज होती है, सीड में कैसे जो थ्रेशर में करते तो सीड काफ़ी डैमेज हो सकता है, तो जो उसकी जो वायबिलिटी वगैरह है ग्रो जर्मिनेशन है वो हैम्पर हो जाता है, तो इसमें कैसे कि जो सीड हो क्वालिटी उसकी मेंटेन हो जाती है। हाँ जी हाँ जी। वो कारे बात चीज जी, ये तो वेजिटेबल वॉशर का मॉडल बनाता है, क्लीन करते हैं जिसकी उसके लिए जो जो मछली आती है बाजार में जो डेढ़ आती है पैसे निकालते हैं उसमें मर जाती है, तो हमें उसको लाइव फिश को हम मार्केट में कैरी कर सकते हैं, तो ये वाला भी मतलब ये टेक्नोलॉजी अभी मार्केट में मतलब अवेलेबल है, उसको टेक्नोलॉजी ट्रांसफर हमने किया हुआ है तो मार्केट में ये वाला अवेलेबल है। ये जैसे बड़ी बढ़िया बनती है अलग अलग साइज की, अलग अलग साइज की अलग अलग शेप की उसको बाहर आती है, इसकी कैपेसिटी अराउंड 150 किलो की है, तो जो तो जो जैसे सेल्फ हेल्प ग्रुप होते हैं फार्मर का ग्रुप होता है, तो ये ऐसी मशीनरी लगा के अपना खुद का बिजनेस स्टार्ट कर सकते हैं। जैसे दाल मिल है, ये वाली दाल मिल है, तो इसमें सभी टाइप की दालें बन जाती हैं, हर हर मार्केट में जैसे हम बेचने जाते हैं तो 40-50 रुपये किलो मिल जाती है, वही हर हर की दाल 100 रुपये किलो हो जाती है, तो ये बेनिफिट फार्मर को मिले, इसलिए मतलब एग्रोकल्चर सेंटर का कंसेप्ट निकाल जानी। ये सारी मशीन वही फार्मर वास्ते तैयार कर दे, फार्मर वास्ते के लिए, फार्मर के लिए। ए, तो बड़ी भी हो जाती है तैयार? हाँ ये, हाँ ये एक्चुअली अलग अलग मतलब ये तो दो वाली है, चार यूनिट वाली भी है, मोटर ऑपरेटेड भी आ जाती है, जानी इनू आपां इहदे विच पाउणा ते इनू कमाउणा, इनू कमाउण तो बाद दाणे डिग पैंदे सारे, ये सली कणक जिहड़े जिहड़े सली कणक मक्की बीज दे किसान भरा उहनां वास्ते आ, बहुत वधिया चीज़ आ जी।
ਕਰਨੀ ਕਰਨਾ ਕੈਮਰੇ ਚ सेवा हो रही है सारे किसान भरावां दी खेतीबाड़ी महकमे वालों सेवादार लगे हुए वालों सही का लंगर लगे हुआ ये समाप्ति वाल जा रहे हैं सारे बस जी बस ਘਰਾਂ ਨੂੰ ਜਾ ਰਹੇ ਚਾਲੇ ਪਾ ਰਹੇ ਘਰਾਂ ਨੂੰ ਤੇ ਕਹਿੰਦੇ ਜਾਣੇ ਲਈ ਸੇਵਾ ਕਰਦੀ ਹੈ ਹਨਾ ਨੋਨੇ ਦੋ ਲੜੀਆਂ ਨੋਨੇ ਤੇ ਨੋਨਾ ਦਾ ਖਾਂਦਾ ਨਹੀਂ ਨੋਨੇ ਨੋਨੇ ਤੂੰ ਦਾ ਖਾਂਦਾ ਨਹੀਂ ਹੈ ਨਾ ਇਹ ਰਾਜ ਦੇ ਨਹੀਂ ਓਏ ਰਾਜ ਦੇ ਨਹੀਂ